बादशाह दरवेश साहिब श्री गुरु गोबिंद सिंह साहब जी का ज्योति जोत दिवस अज श्री हरिमंदर साहब विखे बहुत श्रद्धा ते सत्कार दे नाल मनाया जा रहा है। श्रद्धालुओं वालों श्री दरबार साहब विखे पवित्र सरोवर में इशनान करके श्री हरिमंदर साहब विखे नतमस्तक होकर दसवें गुरु प्रति श्रद्धा सत्कार भेंट कर रहे हैं। संगतां वालों कौम की राखी लिए अपना पूरा परिवार वारन वाले गुरु गोबिंद सिंह जी को कोटन कोट प्रणाम किया जा रहा है। ਹਾਂਜੀ ਬਲਜੀਤ ਕੌਰ ਕੀ ਕਹਿਣਾ ਚਾਹੁੰਦੇ ਹੋ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਦਿਵਸ ਸਰ ਹਾਂਜੀ ਜੋਤੀ ਜੋਤ ਦਿਵਸ 'ਤੇ ਗੁਰੂ ਗੋਬਿੰਦ ਸਿੰਘ ਨੇ ਸਾਰਾ ਸਰਬੰਸ ਜਿਹੜਾ ਆਪਣਾ ਵਾਰਿਆ ਵਾ ਉਹ ਦੇਸ਼ ਕੌਮ ਵਾਸਤੇ ਸਾਰੇ ਦੇਸ਼ ਲਈ ਵਾਰਿਆ ਇੱਕ ਧਰਮ ਲਈ ਸਾਰੇ ਧਰਮ ਲਈ ਵਾਰਿਆ ਵਾ ਔਰ ਕੁਰਬਾਨ ਜਾਂਦੇ ਆ ਇਹੋ ਜਿਹਾ ਗੁਰੂ ਨਹੀਂ ਹੋ ਸਕਦਾ ਕੋਈ ਨਾ ਹੋਇਆ ਤਾਂ ਨਾ ਹੋਊਗਾ ਸਤਿ ਸ਼੍ਰੀ ਅਕਾਲ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ ਕਿੱਦਾਂ ਦਾ ਲੱਗ ਰਿਹਾ ਮੱਥਾ ਟੇਕ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਨੇ ਇੱਥੇ ਦਰਸ਼ਨਦਾਰ ਹੁੰਦੇ ਆ ਜੀ ਹਾਂਜੀ ਬਹੁਤ ਵਧੀਆ ਇੱਥੇ ਆ ਕੇ ਬਹੁਤ ਸ਼ਾਂਤੀ ਮਿਲਦੀ ਆ ਹਾਂਜੀ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਸਾਰਾ ਵਾਰ ਛੱਡਿਆ ਹਾਂਜੀ ਕਈ ਇਸ ਜਿਹੜੇ ਕੌਮ ਨੂੰ ਭੁੱਲਦੇ ਜਾ ਰਹੇ ਨੇ ਠੀਕ ਹੈ ਹਾਂਜੀ ਹਾਂਜੀ ਇਹ ਗਲਤ ਗੱਲ ਹੈ ਜਿਹੜੇ ਕੌਮ ਨੂੰ ਭੁੱਲਦੇ ਜਾ ਰਹੇ ਆ ਭੁੱਲਣਾ ਨਹੀਂ ਚਾਹੀਦਾ ਹਾਂਜੀ ਇਤਿਹਾਸ ਲਿਖਣਾ ਚਾਹੀਦਾ ਵਾ ਇਹ ਔਰ ਜ਼ਿਆਦਾ ਪ੍ਰਚਾਰ ਹੋਣਾ ਚਾਹੀਦਾ ਵਾ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਤੱਕ ਹਾਂਜੀ ਇੱਥੇ ਇੱਥੇ ਲੋਕਲ ਹੀ ਰਹਿਣ ਵਾਲੇ ਹਾਂ ਜੀ ਕਿੰਨੀ ਦੇਰ ਹੋ ਗਈ ਇੱਥੇ ਆਉਂਦੇ ਇੱਥੇ ਹੀ ਆਉਂਦੇ ਹਾਂ ਜੀ ਪੁੱਛਾਂ ਹਾਂਜੀ ਬਾਬਾ ਜੀ ਲਿਆਉਂਦੇ ਆ ਹਾਂਜੀ ਜੀ ਸਿੰਘ ਜੀ ਕੀ ਕਹਿਣਾ ਚਾਹੁੰਦੇ ਦਸਵੇਂ ਪਾਤਸ਼ਾਹ ਮੈਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅੱਜ ਦੇ ਦਿਨ ਜੋਤੀ ਜੋਤ ਸਮਾ ਕੇ ਸੱਚ ਕਰ ਰਹੇ ਹਾਂ ਸੱਚ ਛੱਡ ਕੇ ਆਪ ਜੀ ਪਿਆਨਾ ਹੋ ਗਏ ਆ ਅਤੇ ਸੰਗਤਾਂ ਨੂੰ ਇਹ ਉਪਦੇਸ਼ ਦੇ ਕੇ ਆ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ 11ਵਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੋਰ ਦੇਹਧਾਰੀ ਗੁਰੂ ਨੂੰ ਨਹੀਂ ਮੰਨਣਾ ਕੌਮ ਵਾਸਤੇ ਉਹਨਾਂ ਨੇ ਆਪਣਾ ਪੂਰਾ ਪਰਿਵਾਰ ਹਾਂਜੀ ਇਸੇ ਕੌਮ ਵਾਸਤੇ ਵਾਰਿਆ ਵੀ ਮੇਰਾ ਸਾਰੀ ਕੌਮ ਇਸੇ ਵਾਸਤੇ ਸਿੱਖ ਕੌਮ ਜੀਂਦੀ ਰਹੇ ਮੇਰਾ ਪਰਿਵਾਰ ਸਾਰਾ ਵਾਰਿਆ ਜਾਏ ਅਤੇ ਮੇਰੀ ਸਿੱਖ ਕੌਮ ਆਉਣ ਸਮੇਂ ਰਹਿੰਦੇ ਸਮੇਂ ਤਾਂ ਮੇਰੀ ਕੌਮ ਜਿਹੜੇ ਇਹ ਮੇਰੇ ਪੁੱਤਰ ਹੀ ਆ ਸਾਰੇ ਇਹ ਜੀਂਦੇ ਸੌ ਕੌਮ ਮੇਰੀ ਜਾਗਦੀ ਸਾਰੀ ਜੀਂਦੀ ਰਹੇ ਸਾਰੀ ਹੋਵੇ ਸਤਿ ਸ਼੍ਰੀ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਕਿੱਦਾਂ ਦਾ ਲੱਗ ਰਿਹਾ ਬਹੁਤ ਇੱਥੇ ਮਜ਼ਾ ਆ ਜੀ ਸੰਗਤਾਂ ਨੇ ਇੱਥੇ ਨਫਤਾਂ ਕਰ ਰਹੀਆਂ ਅਤੇ ਸੰਗਤਾਂ ਨੂੰ ਮੈਂ ਵੇਖ ਕੇ ਬਹੁਤ ਮਜ਼ਾ ਹੀ ਇੱਥੇ ਆਇਆ ਜੀ ਠੀਕ ਹਾਂਜੀ ਦਸਵੀਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੋਤ ਦਿਵਸ ਬੜਾ ਭਾਗਾਂ ਵਾਲਾ ਦਿਨ ਹੈ ਜੀ ਸੱਚੇ ਪਾਤਸ਼ਾਹ ਨੇ ਅੱਜ ਦੇ ਦਿਨ ਜੋਤੀ ਜੋਤ ਸਮਾਏ ਸੀ ਅਤੇ ਅਸੀਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹਾਂ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਜਿਹੜਾ ਵਾ ਉਹ ਕੌਮ ਦੇ ਲੇਖੇ ਲਗਾ ਦਿੱਤਾ ਆਪਣੇ ਪਰਿਵਾਰ ਵੀ ਸਾਰਾ ਵਿਛੜਿਆ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਹੋਰ ਸਾਰਾ ਪਰਿਵਾਰ ਉਹਨਾਂ ਨੇ ਪੰਥ ਦੇ ਲਈ ਵਾਰਿਆ ਅਤੇ ਸਾਨੂੰ ਉਹਨਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲਣਾ ਚਾਹੀਦਾ ਸਤਿ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣਾ ਪਰਿਵਾਰ ਦੇ ਨਾਲ ਕੀ ਕਹਿਣਾ ਚਾਹੁੰਦੇ ਨਹੀਂ ਅਸੀਂ ਬਹੁਤ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਹਾਂ ਕਿ ਅੱਜ ਦੇ ਦਿਹਾੜੇ ਅਸੀਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਇਸ਼ਨਾਨ ਕਰਨ ਆਏ ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਲਾਲੀ ਸ਼ਰਮਾ ਦੀ ਰਿਪੋਰਟ।